ਵਾਹਿਗੁਰੂ ਸਾਹਿਬ ਜੀ ਦੰਡਾਉਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਦੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀਓ ਮਨ ਤੇ ਗੁਰਦੀਆਂ ਗੁਰਚਰਨਾਂ ਜੋੜਦਿਆਂ ਹੋਇਆ ਪ੍ਰੇਮ ਸਾਹਿਬ ਗੁਰਪਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਮ ਦੇ ਮਹਾਨ ਹੀਰੇ ਮਹਾਂਪੁਰਖ ਸੰਤ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲਿਆਂ ਦੀ ਪਰਮ ਪਵਿੱਤਰ ਯਾਦ ਵਿੱਚ ਉਹਨਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਆਪਾਂ ਸਾਰੇ ਗੁਰਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਨਾਲ ਮਹਾਂਪੁਰਖਾਂ ਦੇ ਦਰਸ਼ਨ ਦੇ ਦਾਰੇ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਹੇ ਹਨ। ਸੰਤ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲਿਆਂ ਦੇ ਜੀਵਨ ਦੇ ਬਾਰੇ ਆਪ ਸੰਗਤਾਂ ਦੇ ਮਹਾਂਪੁਰਖ ਸੰਤ ਬਾਬਾ ਜਗਦੀਸ਼ ਸਿੰਘ ਜੀ ਹਰਖੋਵਾਲ ਵਾਲਿਆਂ ਪਾਸੋਂ ਵਿਸਥਾਰ ਦੇ ਨਾਲ ਵਚਨ ਸਰਵਣ ਕੀਤੇ ਨੇ ਔਰ ਨਾਲ ਦੀ ਨਾਲ ਹੀ ਉਹ ਮਹਾਂਪੁਰਖ ਸਿੱਖ ਧਰਮ ਦੇ ਅੰਦਰ ਜੋ ਸੰਤ ਦੀ ਵਿਸ਼ੇਸ਼ ਪਦਵੀ ਹੈ ਔਰ ਜੋ ਸੰਤ ਦੀ ਸੰਗਤ ਦਾ ਫਲ ਹੈ ਜਾਂ ਸੰਤ ਦੀ ਅਵੱਗਿਆ ਦਾ ਕੋਈ ਫਲ ਹੈ ਇਸ ਸਭ ਕਾਸੇ ਦੇ ਬਾਰੇ ਵੀ ਮਹਾਂਪੁਰਖ ਬੜੇ ਵਿਸਥਾਰ ਨਾਲ ਸਮਝਾ ਕੇ ਗਏ ਨੇ। ਇਹ ਗੱਲ ਦਰੁਸਤ ਹੈ ਕਿ ਗੁਰਸਿੱਖੀ ਦੇ ਅੰਦਰ ਉਹ ਗੁਰਮੁਖ ਪਿਆਰੇ ਜਿਨ੍ਹਾਂ ਸਾਤ ਗ੍ਰਾਸ ਨਾ ਵਿਸਰੈ ਹਰ ਮਾਮਾ ਮਨ ਮੰਤ ਧਨ ਤੇ ਸੇਈ ਨਾਨਕਾ ਪੂਰਨ ਸੋਈ ਸੰਤ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਵਾਲੇ ਜੋ ਸੰਤ ਮਹਾਤਮਾ ਹਨ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਦੇ ਸ਼ਬਦਾਂ ਅੰਦਰ ਉਪਦੇਸ਼ ਬਖਸ਼ ਕਰਦਿਆਂ ਹੋਇਆਂ ਵਿਸ਼ੇਸ਼ ਸਤਿਕਾਰ ਬਖਸ਼ਿਆ ਔਰ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਵਾਰ ਵਾਰ ਸਾਨੂੰ ਗੁਰੂ ਦੀ ਬਾਣੀ ਵਿੱਚੋਂ ਮਿਲਣਾ ਮਿਲਦਾ ਹੈ। ਜੇ ਸਿੱਖ ਰਾਜ ਹੋਂਦ ਵਿੱਚ ਆਇਆ ਤਾਂ ਉਹ ਮਹਾਂਪੁਰਖਾਂ ਦੀ ਬਦੌਲਤ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਰਾਜ ਤਖਤ ਤੇ ਬਿਠਾਉਣ ਵਾਲੇ ਔਰ ਮਹਾਰਾਜਾ ਦੀ ਪਦਵੀ ਦੇਣ ਵਾਲੇ ਇੱਕ ਸੰਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅੰਸ ਬੰਸ ਵਿੱਚੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਔਰ ਜੇ ਸਿੱਖ ਰਾਜ ਦਾ ਖਾਤਮਾ ਹੋਇਆ ਤਾਂ ਇੱਕ ਮਹਾਂਪੁਰਖ ਦੀ ਬੇਅਦਬੀ ਕਰਨ ਕਰਕੇ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲਿਆਂ ਦੇ ਕੋਲ ਜਰਨੈਲ ਹਰੀ ਸਿੰਘ ਜੀ ਨਦਵਾ ਦਾ ਸਪੁੱਤਰ ਔਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਪੁੱਤਰਾਂ ਨੇ ਆ ਕੇ ਪਨਾਹ ਲਈ ਕਿਉਂਕਿ ਡੋਗਰਿਆਂ ਨੇ ਆਪਣੀਆਂ ਚਾਲਾਂ ਦੇ ਨਾਲ ਸਿੱਖ ਰਾਜ ਵਿੱਚ ਐਸੀ ਖਲਬਲੀ ਜੀ ਮਚਾ ਛੱਡੀ ਸੀ ਜਿੱਥੇ ਖੋਟੇ ਖਲੇ ਦੀ ਕੋਈ ਪਛਾਣ ਨਹੀਂ ਸੀ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੋ ਪੁੱਤਰ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਔਰ ਮਹਾਰਾਜਾ ਜਰਨੈਲ ਹਰੀ ਸਿੰਘ ਜੀ ਨਦਵਾ ਦੇ ਸਪੁੱਤਰ ਆ ਕੇ ਬਾਬਾ ਵੀਰ ਸਿੰਘ ਜੀ ਦੇ ਕੋਲ ਰਹੇ ਸਨ। ਡੋਗਰਿਆਂ ਦੇ ਭੜਕਾਉਣ ਤੋਂ ਸਿੱਖ ਫੌਜਾਂ ਨੇ ਬਾਬਾ ਜੀ ਦੇ ਡੇਰੇ ਤੇ ਹਮਲਾ ਕੀਤਾ ਪਰ ਅੱਗੋਂ ਮਨ ਵਿੱਚ ਇਹ ਖਿਆਲ ਕਰਕੇ ਕਿ ਅਸੀਂ ਸਿੱਖ ਫੌਜ ਦੇ ਉੱਪਰ ਵਾਰ ਨਹੀਂ ਕਰਨਾ ਸ਼ਸਤਰਧਾਰੀ ਔਰ ਸੈਨਾਵਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਬਾਬਾ ਵੀਰ ਸਿੰਘ ਜੀ ਨੇ ਆਪਣੇ ਸਮੂਹ ਸੈਨਿਕਾਂ ਨੂੰ ਸ਼ਸਤਰ ਨਾ ਹਟਾਉਣ ਦਾ ਹੁਕਮ ਕੀਤਾ ਬਲਕਿ ਆਪਣੇ ਨੁਕਸਾਨ ਦੇ ਵਾਸਤੇ ਚੜ੍ਹ ਕੇ ਆ ਰਹੀਆਂ ਫੌਜਾਂ ਦੇ ਵਾਸਤੇ ਲੰਗਰ ਪਾਣੀ ਤਿਆਰ ਕਰਨ ਦਾ ਹੁਕਮ ਦਿੱਤਾ ਸੀ। ਐਸੇ ਇੱਕ ਨਿਰਵੈਰ ਸੰਤ ਦੀ ਮਹਾਨਤਾ ਨੂੰ ਔਰ ਸਤਿਕਾਰ ਨੂੰ ਨਾ ਸਮਝਦਿਆਂ ਹੋਇਆ ਡੋਗਰਿਆਂ ਦੇ ਕਹਿਣ ਤੇ ਸਿੱਖ ਫੌਜਾਂ ਨੇ ਜਦੋਂ ਡੇਰੇ ਤੇ ਹਮਲਾ ਕੀਤਾ ਸਾਰੇ ਸੇਵਕਾਂ ਦੇ ਸਮੇਤ ਬਾਬਾ ਜੀ ਸ਼ਹੀਦ ਹੋਏ ਇੱਕ ਮਹਾਂਪੁਰਖ ਦੀ ਅਵੱਗਿਆ ਹੋਣ ਤੋਂ ਸਿੱਖ ਰਾਜ ਦਾ ਖਾਤਮਾ ਹੋਇਆ
और उस अवज्ञा का खमियाजा कौम अज तक भुगतती आ रही है। महापुरुष संत बाबा जगवीर सिंह जी जिस गल से विशेष जोर दे के गए ने साडे सामने ये वर्तारा वरत रहा है कि अजोके समय के विच भी कौम के महापुरखों को छकाउण दियां और नीवा दिखाउण दियां बहुत ज्यादा कोशिशां अपने आप को पढ़े लिखे अखवाउण वाले लोगों वालों कीतियां जा रही ने, जिन्हों के कोल कुछ दुनियावी किताबी विद्या है, जिन्हों के कोल दुनिया के झूठिया दया कोई चौदह दियां हैं और अपने मन में जेड़े सिख कौम के बहुते हितैषी होने का भरम आदि बैठे हुए ने, पता नहीं किस अदिख ताकत के जोर के नाल सिख कौम सिख महापुरखों के नालों तोड़ के एक महान विरसे तो महान बख्शिश तो सानू वांझिया करन दा जतन कर रहे हैं। थावां थावां ते अखबारां राहीं रसालियां राहीं और स्टेजां ते बोल के कीते जाण वाली प्रचार राहीं उन्हां वीरां वल्लों वार वार ये गल कही अते लिखी जा रही है कि इन्हां संतां ने कौम का नुकसान किया है। वार वार कहा जा रहा है इन्हां साधां दी तुंगल तों बचो और एक गल बहुता जोर दे के कही जाती है कि इन्हां साधां ने कोई विद्या नहीं पढ़ी होई, विद्वान नहीं अनपढ़ साध हैं जेड़े कि कौम नूं खुआर कर रहे हैं। पर साध संगत जी जदों असीं सतगुरु महाराज जी का परम पवित्र उपदेश पढ़िए विचारीए तां इत्थे दुनियावी विद्या पढ़े जां अनपढ़े का कोई तकाजा नहीं, बल्कि सतगुरु जी तां फरमाउंदे हन जो प्राणी गोबिंद ध्यावै पढ़िया अनपढ़िया परम गत पावै। जेड़ा भी अकाल पुरख वाहिगुरु के नाम नूं ध्यांदा है चाहे दुनियावी विद्या पढ़ी है जां नहीं पढ़ी, वेदा शास्त्रां का अध्ययन किया जां नहीं किया, वाहिगुरु का नाम सिमरन करने वाला सब तो उच्च अवस्था की प्राप्ति करता है। और साडे सामने ये गल जग जा है श्री गुरु ग्रंथ साहिब सच्चे पातशाह जी नूं असीं नमस्कार करते हैं मत्था टेकते हैं जो साडे सतगुरु हन और छे सतगुरु साहबाना की बाणी के नाल नाल श्री गुरु ग्रंथ साहिब जी विच भगतां की बाणी भी दर्ज है और जिन्हां भगतों की बाणी उपर थीस सिरिख लिख के अज का विद्वान कोई पी एच डी वगैरह डिग्रियां हासिल करता है कोई ये नहीं दस सकता कि उन्हां भगतों ने किहड़ी यूनिवर्सिटी विचों जां कॉलेज विचों किहड़ी डिग्री लई सी। दुनियावी विद्या बिल्कुल नहीं पढ़ी पर सब नालों उच्ची जो ब्रह्म विद्या है वो उन्होंने प्राप्त की, जिस करके अज दुनिया के कुल विद्वाना नूं उन्हां महापुरखां दी पावन पवित्र बाणी का सहारा लेना पैंदा है। ते जे असीं संत समाज विच विचरदे होए महापुरखां नूं इही कह के रद्द करना है कि ये अनपढ़ हन और इन्हां कोल दुनियावी विद्या नहीं, तां फिर सानूं गुरबाणी दे विच गुरु ग्रंथ साहिब विच आउंदे जिहड़े भगत ने उन्हां नूं भी रद्द करना पवेगा क्योंकि उन्हां ने भी दुनियावी विद्या कोई नहीं पढ़ी, पर नहीं इसे पढ़े अनपढ़े का कोई तकाजा नहीं। हजूर फरमान करते हैं पंडित सूर शकरपत राजा भगत बराबर और ना कोए, चाहे कोई किड्डा वड्डा विद्वान है, चाहे कोई सूरमा है, चाहे शकरपति राजा है, वाहेगुरु जी भगती करने वाले भगतों के बराबर कोई पहुंच नहीं सकता। दूर की गल तो की करनी है, वीवीं सदी के महान सिख नौजवानों के दिलों की धड़कन कहनी और करनी के पूरे बदलों के सूरे दमदमी टकसाल के चौधरी जथेदार महापुरुख संत ज्ञानी जरनैल सिंह जी खालसा ढिंडरा वाले की गल ही कर रही है। जे उन्हां महापुरखों की दुनियावी विद्या बदले झाकी मारीे तो सा संगत जी स्कूल दिया केवल से केवल पांच जमातां पढ़िया सन, पर मत ऐसी उज्जल ऐसी अकाल पुरख वाहिगुरु वालों बुद्धि की दात प्राप्त होई कि केवल से केवल दुनियावी विद्या के तौर पर पांच जमातां पढ़ने वाले उस महापुरख अगे वड्डे वड्डे सियासतदान कानून दान वकील जज डाक्टर कोई भी विचारां दी दौड़ विच टिक नहीं सकिया। चाहे कोई स्वर्ण सिंह वर्गे विदेश मंत्री होण, चाहे सुब्रमण्यम स्वामी वर्गे सियासतदान होण, ते चाहे राम जेठमलानी वर्गे प्रसिद्ध कानूनदान अते एडवोकेट होण, विचारधारक तौर ते कोई संत जरनैल सिंह जी खालसा दे अगे एक पल भी नहीं ठहर सकिया। ते जे दुनियावी तौर ते पढ़े हुए की गल जी आपां मुख रखनी है
ਤਾਂ ਫਿਰ ਤਾਂ ਗੱਲ ਇਸ ਦੇ ਉਲਟ ਹੋਣੀ ਚਾਹੀਦੀ ਸੀ। ਪਰ ਨਹੀਂ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦੀ ਬਖਸ਼ਿਸ਼ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੋਇਆ, ਜਿਹੜੇ ਰਸਨਾ ਤੋਂ ਹਰ ਵੇਲੇ ਨਾਮ ਜਪਦੇ ਤੇ ਬਾਣੀ ਪੜ੍ਹਦੇ ਨੇ, ਉੱਥੇ ਇਹ ਦੁਨਿਆਵੀ ਵਿਦਿਆ ਦੀ ਕੋਈ ਖਾਸ ਮਹਾਨਤਾ ਬਾਕੀ ਪਿੱਛੇ ਰਹਿ ਨਹੀਂ ਜਾਂਦੀ। ਸਾਨੂੰ ਇਹਨਾਂ ਦੁਨਿਆਵੀ ਗੱਲਾਂ ਤੋਂ ਉੱਪਰ ਉੱਠ ਕੇ ਸਤਿਗੁਰੂ ਮਹਾਰਾਜ ਵੱਲੋਂ ਮਿਲਦੇ ਹੋਏ ਉਪਦੇਸ਼ ਵੱਲੇ ਧਿਆਨ ਰੱਖਣਾ ਚਾਹੀਦਾ ਹੈ। ਔਰ ਜਿਹੜੀ ਸਿੱਖ ਕੌਮ ਦੇ ਵਿੱਚ ਇੱਕ ਸੰਤ ਨੂੰ ਇੱਕ ਮਹਾਂਪੁਰਖ ਨੂੰ ਛਪਿਆਉਣ ਦੀ ਔਰ ਨੀਵਾਂ ਦਿਖਾਉਣ ਦੀ ਕੁਝ ਹੀ ਚਾਲ ਚੱਲੀ ਜਾ ਰਹੀ ਹੈ, ਇਹ ਚਾਲ ਤੋਂ ਸਾਨੂੰ ਵਿਸ਼ੇਸ਼ ਤੌਰ ਤੇ ਸਾਵਧਾਨ ਹੋਣ ਦੀ ਲੋੜ ਹੈ। ਕਿੱਡੀ ਇੱਕ ਇਹ ਖਾਸ ਹੈਰਾਨ ਕਰਨ ਵਾਲੀ ਅਚੰਭੇ ਵਾਲੀ ਗੱਲ ਹੈ ਕਿ ਜਿਹੜੇ ਮਹਾਂਪੁਰਖ ਔਰ ਮਹਾਂਪੁਰਖਾਂ ਦੇ ਉਪਦੇਸ਼ ਤੇ ਚੱਲਣ ਵਾਲੇ ਗੁਰਸਿੱਖ ਕੌਮ ਬਦਲੇ ਆਪਣੀਆਂ ਜਾਨਾਂ ਵਾਰਨ, ਆਪਣਾ ਤਨ ਮਨ ਧਨ ਸਭ ਗੁਰੂ ਕੇ ਅਰਪਣ ਕਰਨ, ਸਿੱਖ ਸਿਧਾਂਤਾਂ ਦੀ ਰਾਖੀ ਵਾਸਤੇ ਮਹਾਨ ਕੁਰਬਾਨੀਆਂ ਕਰਨ, ਉਹਨਾਂ ਮਹਾਂਪੁਰਖਾਂ ਨੂੰ ਔਰ ਉਹਨਾਂ ਦੇ ਅਨੁਯਾਈਆਂ ਨੂੰ ਤਾਂ ਕੌਮ ਦੇ ਵਿਰੋਧੀ ਦੱਸਿਆ ਜਾ ਰਿਹਾ, ਪਰ ਜਿਨ੍ਹਾਂ ਦੇ ਮਨ ਵਿੱਚ ਕਦੇ ਕੁਰਬਾਨੀ ਦਾ ਜਜ਼ਬਾ ਪੈਦਾ ਨਹੀਂ ਹੋਇਆ, ਜਿਹੜੇ ਕੇਵਲ ਤੇ ਕੇਵਲ ਕਿਤਾਬਾਂ ਨਾਲ ਮੱਥਾ ਮਾਰਨ ਵਾਲੇ, ਆਪਣੇ ਆਪ ਨੂੰ ਬੁੱਧੀਜੀਵੀ ਅਪਣਾਉਣ ਵਾਲੇ, ਕੌਮੀ ਸੰਘਰਸ਼ ਦੌਰਾਨ ਮੂੰਹ ਵਿੱਚ ਘੁੰਗੜੀਆਂ ਪਾ ਕੇ ਬੈਠੇ ਨੇ, ਜਿਨ੍ਹਾਂ ਦੀ ਕਲਮ ਕੌਮ ਦੇ ਭਲੇ ਖਾਤਰ ਇੱਕ ਅੱਖਰ ਵੀ ਨਹੀਂ ਲਿਖ ਸਕੀ, ਉਹ ਅੱਜ ਕੌਮ ਦੇ ਦਾਅਵੇਦਾਰ ਤੇ ਠੇਕੇਦਾਰ ਬਣੇ ਹੋਏ ਨੇ, ਔਰ ਆਪੋ ਆਪਣੀ ਮਤ ਦੇ ਮੁਤਾਬਕ ਸਿੱਖੀ ਦੇ ਸਿਧਾਂਤਾਂ ਦੀ ਵਿਆਖਿਆ ਕਰਨ ਲਈ ਉਤਾਰਦੇ ਹੋਏ ਕਰਦੇ ਨੇ। ਅਜੋਕੇ ਸਮੇਂ ਵਿੱਚ ਉਹਨਾਂ ਮਹਾਂਪੁਰਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਚਾਰਧਾਰਾ ਦੇ ਵਿਰੋਧੀ ਕਿਹਾ ਜਾ ਰਿਹਾ ਹੈ, ਔਰ ਉਹਨਾਂ ਦੇ ਕੌਮੀ ਨੁਕਸਾਨ ਦਾ ਝੂਠਾ ਦੋਸ਼ ਰੋਪਿਆ ਜਾ ਰਿਹਾ ਹੈ, ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਔਰ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਦਿਨ ਰਾਤ ਇੱਕ ਕੀਤਾ ਔਰ ਮਹਾਨ ਕੁਰਬਾਨੀਆਂ ਕੀਤੀਆਂ। ਸਾਨੂੰ ਸਾਧ ਸੰਗਤ ਜੀ ਉਹ ਸੱਚ ਝੂਠ ਦਾ ਨਿਤਾਰਾ ਕਰਨਾ ਚਾਹੀਦਾ ਹੈ, ਔਰ ਜਿਹੜੇ ਖਾਸ ਤੌਰ ਤੇ ਲੋਕ ਐਸੇ ਕੌਮ ਦੇ ਅੰਦਰ ਵੰਡੀਆਂ ਤੇ ਲਫੇੜਾਂ ਪਾਉਣ ਵਾਲੇ, ਆਪਣੇ ਆਪ ਨੂੰ ਗੁਰਮਤ ਦੇ ਪ੍ਰਚਾਰਕ ਹੁੰਦਿਆਂ ਹੋਇਆ ਗੁਰਬਾਣੀ ਦੇ ਆਸ਼ੇ ਦੇ ਉਲਟ ਜਾ ਕੇ ਸਿੱਖ ਕੌਮ ਦੇ ਵਿੱਚ ਮਹਾਂਪੁਰਖ ਦੀ ਪਦਵੀ ਨੂੰ ਨੀਵਾਂ ਡੇਗਣ ਦੀ ਕੋਸ਼ਿਸ਼ ਕਰਨ ਵਾਲੇ ਜੋ ਲੋਕ ਨੇ, ਉਹਨਾਂ ਦੀਆਂ ਇਹਨਾਂ ਨਾਪਾਕ ਚਾਲਾਂ ਨੂੰ ਬੁਰੀ ਤਰ੍ਹਾਂ ਨਾਕਾਮ ਕਰਦਿਆਂ ਹੋਇਆ ਸਾਡਾ ਇਹ ਫਲ ਬਣਦਾ ਆਪਾਂ ਗੁਰਬਾਣੀ ਦੇ ਸਿਧਾਂਤ ਨਾਲ ਜੁੜੀਏ। ਜੋ ਸਤਿਗੁਰੂ ਮਹਾਰਾਜ ਨੇ ਸਾਨੂੰ ਗੁਰਬਾਣੀ ਅੰਦਰ ਉਪਦੇਸ਼ ਬਖਸ਼ਿਆ ਹੈ, ਉਸ ਉਪਦੇਸ਼ ਰਾਹੀਂ ਜੋ ਜੋ ਸਿੱਖਿਆ ਦਿੱਤੀ ਹੈ, ਅਸੀਂ ਉਸ ਸਿੱਖਿਆ ਦੇ ਆਧਾਰ ਵੀ ਬਣੀਏ, ਨਾ ਕਿ ਇਹਨਾਂ ਅਖੌਤੀ ਵਿਦਵਾਨਾਂ ਦੇ ਪਿੱਛੇ ਲੱਗ ਕੇ ਅਸੀਂ ਆਪਣੀ ਬਰਬਾਦੀ ਦੇ ਮਾਰਗ ਤੇ ਤੁਰੀਏ। ਮਹਾਂਪੁਰਖ ਸੰਤ ਜਗਦੀਸ਼ ਸਿੰਘ ਦੀ ਨਜ਼ਰ ਕਹਿ ਕੇ ਗਏ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਕਥਾ ਵਿਚਾਰ ਕੋਈ ਮਹਾਂਪੁਰਖ ਜਾਂ ਉਹਨਾਂ ਤੋਂ ਪੜ੍ਹਿਆ ਹੋਇਆ ਵਿਦਿਆਰਥੀ ਹੀ ਕਰਕੇ ਸੁਣਾ ਸਕਦਾ ਹੈ। ਔਰ ਕਈਆਂ ਦੇ ਮਨ ਵਿੱਚ ਸ਼ਾਇਦ ਇਹ ਖਿਆਲ ਵੀ ਆਇਆ ਹੋਵੇ, ਸ਼ੰਕਾ ਵੀ ਆਇਆ ਹੋਵੇ ਕਿ ਵਿਦਵਾਨ ਕਹਾਉਣ ਵਾਲਿਆਂ ਨੇ ਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਟੀਕ ਕੀਤੇ ਨੇ, ਉਹ ਵੀ ਤਾਂ ਸਕੇਲਾਂ ਤੇ ਪ੍ਰਸਾਰ ਕਰਦੇ ਕਰਦੇ ਨੇ। ਪਰ ਖਾਸ ਸੰਗਤ ਜੀ, ਉਹ ਜ਼ਮੀਨ ਅਸਮਾਨ ਦਾ ਅੰਤਰ ਹੈ। ਮਹਾਂਪੁਰਖਾਂ ਨੇ, ਸੰਪਰਦਾਵਾਂ ਨੇ, ਟਕਸਾਲਾਂ ਨੇ ਜੋ ਗੁਰਬਾਣੀ ਦੀ ਕਥਾ ਵਿਚਾਰ ਔਰ ਗੁਰਬਾਣੀ ਦਾ ਉਪਦੇਸ਼ ਸੰਗਤਾਂ ਨੂੰ ਸੁਣਾਉਣਾ ਹੈ, ਉਹ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲ ਕੇ ਆਪਣੇ ਅਨੁਭਵ ਦੇ ਵਿੱਚੋਂ ਉਹਨਾਂ ਨੇ ਸੁਣਾਉਣਾ ਹੈ। ਜਿਵੇਂ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਵੇਂ ਗੁਰੂ ਮਹਾਰਾਜ ਨੇ ਆਪ ਕਿਰਪਾ ਕਰਕੇ ਸਮਤ ਦੀ ਦਾਤ ਬਖਸ਼ਿਸ਼ ਕੀਤੀ, ਤੇ ਜਿਵੇਂ ਆਪ ਉਹਨਾਂ ਨੇ ਆਪਣਾ ਜੀਵਨ ਗੁਰਮਤ ਦੇ ਦਾਇਰੇ ਵਿੱਚ ਗੁਰਬਾਣੀ ਦੇ ਉਪਦੇਸ਼ ਮੁਤਾਬਕ ਢਾਲਿਆ, ਉਹ ਅਨੁਭਵੀ ਵਚਨ ਹੀ ਮਹਾਂਪੁਰਖ ਸੰਗਤਾਂ ਨੂੰ ਸੁਣਾਉਣਗੇ, ਔਰ ਉਹੋ ਹੀ ਵਚਨ ਅਗਾਂਹ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣਗੇ। ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੀ ਕਥਾ ਵਿਚਾਰ ਜੋ ਸੰਪਰਦਾਵਾਂ ਤੋਂ ਔਰ ਨਾਮ ਸਿਮਰਨ ਦੇ ਅਭਿਆਸੀ ਮਹਾਂਪੁਰਖਾਂ ਕੋਲੋਂ ਮਿਲ ਸਕਦੀ ਹੈ, ਉਹ ਕਿਸੇ ਦੁਨਿਆਵੀ ਵਿਦਿਆ ਪੜ੍ਹਨ ਵਾਲੇ ਵਿਦਵਾਨ ਕੋਲੋਂ ਨਹੀਂ ਮਿਲ ਸਕਦੀ ਹੈ। ਅੱਜ ਕੱਲ੍ਹ ਦਾ ਪ੍ਰੋਫੈਸਰ ਜਾਂ ਪ੍ਰਿੰਸੀਪਲ ਗੁਰੂ ਦੀ ਬਾਣੀ ਨੂੰ ਕੇਵਲ ਇੱਕ ਦੁਨਿਆਵੀ ਵਿਆਕਰਨ ਦੇ ਦਾਇਰੇ ਅੰਦਰ ਕੈਦ ਰੱਖਣਾ ਲੋੜ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਸ਼ਬਦਾਂ ਦੀ ਕਥਾ ਉਹ ਵਿਆਕਰਨ ਦੇ ਲੈ ਕੇ ਅਨੁਸਾਰ ਕਰਦਾ ਹੈ, ਤੇ ਜਿਹੜੇ ਵਿਦਵਾਨਾਂ ਨੇ ਕਥਾ ਦੇ ਅੰਗ ਮੰਨੇ ਨੇ ਉਹਨਾਂ ਵਿੱਚੋਂ ਕੋਈ ਵੀ ਅੰਗ ਉਹਨਾਂ ਸਟੀਕਾਂ ਵਿੱਚ ਜਾਂ ਉਹਨਾਂ ਦੀ ਕਥਾ ਵਿੱਚ ਝਲਕਣਾ ਨਹੀਂ। ਸ਼ਬਦ ਦੀ ਬਖਾਨਤਾ, ਕੋਈ ਸ਼ਬਦਾਂ ਦੀ ਵਿਉਤਪਤੀ, ਕੋਈ ਪ੍ਰਮਾਣ, ਕੋਈ ਸਾਖੀ, ਜਿੰਨੇ ਵੀ ਕਥਾ ਦੇ ਅੰਗ ਨੇ, ਅੱਜ ਦੇ ਪ੍ਰਿੰਸੀਪਲ ਪ੍ਰੋਫੈਸਰ ਦੀ ਕਥਾ ਦੇ ਵਿੱਚੋਂ ਕੋਈ ਉਹ ਅੰਗ ਸਾਨੂੰ ਨਹੀਂ ਮਿਲੇਗਾ, ਔਰ ਉਹ ਪ੍ਰਿੰਸੀਪਲ ਜਾਂ ਪ੍ਰੋਫੈਸਰ ਵਿਆਕਰਨ ਦੇ ਅਨੁਸਾਰ ਗੁਰਬਾਣੀ ਦੀ ਕਥਾ ਕਰਦਿਆਂ ਹੋਇਆ ਇਹ ਕਹਿੰਦਾ ਕਿ ਗੁਰੂ ਕੀ ਬਾਣੀ ਦੀ ਪੰਕਤੀ ਦਾ ਇੱਕ ਅਰਥ ਹੀ ਹੋਣਾ ਚਾਹੀਦਾ, ਇਸ ਤੋਂ ਵਧੀਕ ਨਹੀਂ, ਤੇ ਉਹ ਅਰਥ ਇਹ ਦੁਨੀਆਂ ਦੀ ਵਿਆਕਰਨ ਜੋ ਕਿਸੇ ਦਾਇਰੇ ਦੇ ਵਿੱਚ ਹੈ
ਉਸ ਵਿਆਕਰਨ ਦੇ ਅਨੁਸਾਰ ਅਰਥ ਕਰਦਿਆਂ ਹੋਇਆਂ ਜੋ ਉਸਨੇ ਲਿਖ ਦਿੱਤਾ ਉਹ ਉਸੇ ਨੂੰ ਠੀਕ ਮੰਨਦਾ। ਪਰ ਕੀ ਇੱਥੋਂ ਹੁਣ ਇਹ ਮਤਲਬ ਲਿਆ ਜਾਵੇ ਕਿ ਉਸ ਵਿਦਵਾਨ ਨੇ ਗੁਰਬਾਣੀ ਦਾ ਸੰਪੂਰਨ ਤੌਰ ਤੇ ਅੰਤ ਪਾ ਲਿਆ, ਉਸਨੇ ਅਗਾਧ ਬੋਧ ਬਾਣੀ ਨੂੰ ਪੂਰਨ ਤੌਰ ਤੇ ਸਮਝ ਲਿਆ ਤੇ ਜੋ ਅਰਥ ਉਸਨੇ ਕੀਤਾ ਵਾਕਿਆ ਉਹ ਹੀ ਅਰਥ ਬਣਦਾ? ਨਹੀਂ ਤਾਂ ਇਹ ਗੁਰੂ ਕੀ ਬਾਣੀ ਅਗਾਧ ਬੋਧ ਹੈ। ਕੋਈ ਮਨੁੱਖ ਚਾਹੇ ਕਿੱਡਾ ਵੀ ਵਿਦਵਾਨ ਹੋ ਜਾਵੇ ਉਹ ਗੁਰਬਾਣੀ ਦਾ ਕਦੇ ਵਾਸਤੇ ਭੇਦ ਨਹੀਂ ਲੈ ਸਕਦਾ, ਕਦੇ ਸੰਪੂਰਨ ਤੌਰ ਤੇ ਗੁਰਬਾਣੀ ਦੇ ਅੰਤ ਨੂੰ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਕੀ ਬਾਣੀ ਅਗਾਧ ਬੋਧ ਹੈ ਔਰ ਬਹੁਪੱਖੀ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਲਾਉਂਦੀ ਹੈ। ਇਸ ਲਈ ਅਸੀਂ ਉਹ ਜਿਹੜੇ ਮਨੁੱਖ ਜਿਨ੍ਹਾਂ ਨੇ ਦੁਨਿਆਵੀ ਵਿੱਦਿਆ ਦੇ ਕਿਤਾਬਾਂ ਪੜ੍ਹ ਪੜ੍ਹ ਕੇ ਆਪਣੇ ਵਿਚਾਰ ਦੇ ਮੁਤਾਬਕ ਕੋਈ ਅਰਥ ਲਿਖੇ ਜਾਂ ਆਪਣੀ ਮਤ ਦੇ ਮੁਤਾਬਕ ਗੁਰਸਿੱਖੀ ਸਿਧਾਂਤਾਂ ਦੀ ਵਿਆਖਿਆ ਕੀਤੀ, ਉਹਨਾਂ ਤੇ ਬਹੁਤਾ ਵਿਸ਼ਵਾਸ ਕਰਨ ਦੀ ਥਾਂ ਅਸੀਂ ਉਹਨਾਂ ਮਹਾਂਪੁਰਖਾਂ ਦੇ ਮੁਕਾਰ ਬਿੰਦ ਤੋਂ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੇ ਮੁਖ ਤੋਂ ਗੁਰਬਾਣੀ ਦਾ ਉਪਦੇਸ਼ ਸੁਣੀਏ ਜਿਨ੍ਹਾਂ ਨੇ ਖੁਦ ਆਪਣਾ ਜੀਵਨ ਗੁਰਬਾਣੀ ਦੇ ਸੰਚੇ ਵਿੱਚ ਢਾਲਿਆ, ਜਿਨ੍ਹਾਂ ਨੇ ਖੁਦ ਆਪਣੇ ਜੀਵਨ ਨੂੰ ਗੁਰਬਾਣੀ ਦੇ ਅਨੁਸਾਰ ਜੀਵਿਆ, ਜਿਨ੍ਹਾਂ ਦਾ ਜੀਵਨ ਹੀ ਨਾਮ ਬਾਣੀ ਦੇ ਸਿਮਰਨ ਚ ਰੰਗਿਆ ਹੋਇਆ ਹੈ। ਉਹਨਾਂ ਤੋਂ ਵੱਧ ਕੇ ਸਾਨੂੰ ਕੋਈ ਗੁਰਮੁਖ ਸਿਧਾਂਤਾਂ ਦੀ ਵਿਆਖਿਆ ਕਰਕੇ ਨਹੀਂ ਸਮਝਾ ਸਕਦਾ। ਇਸ ਲਈ ਇਹ ਜੋ ਮਹਾਂਪੁਰਖਾਂ ਦੇ ਵਿਰੁੱਧ, ਸੰਤ ਦੇ ਵਿਰੁੱਧ ਗੁਮਰਾਹ ਧੁਨ ਪ੍ਰਚਾਰ ਥਾਂ ਥਾਂ ਤੇ ਹੋ ਰਿਹਾ ਹੈ, ਸਾਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ ਔਰ ਆਪਣੇ ਵਿਰਸੇ ਨੂੰ ਕੌਮ ਦਾ ਪ੍ਰਚਾਰ ਕਰਨ ਵਾਲੇ ਮਹਾਂਪੁਰਖਾਂ ਨੂੰ ਵਿਸ਼ੇਸ਼ ਸਤਿਕਾਰ ਦੇਣ ਦੀ ਸੰਭਾਲਣ ਦੀ ਲੋੜ ਹੈ ਤਾਂ ਕਿ ਗੁਰਸਿੱਖੀ ਦਾ ਪ੍ਰਚਾਰ ਹੋਰ ਅੱਗੇ ਵੱਧਦਾ ਰਹੇ ਔਰ ਸਤਿਗੁਰੂ ਮਹਾਰਾਜ ਦੀਆਂ ਬਖਸ਼ਾਂ ਦੇ ਪਾਤਰ ਬਣਦੇ ਰਹੀਏ। ਸਮਾਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲਦਾ। ਮਹਾਂਪੁਰਖਾਂ ਦਾ ਜਨਮ ਦਿਨ ਮਨਾ ਰਹੇ ਹਾਂ ਤਾਂ ਮਹਾਂਪੁਰਖਾਂ ਦੇ ਦਰਸਾਏ ਹੋਏ ਗੁਰਮਤ ਦੇ ਮਾਰਗ ਤੇ ਚੱਲਣ ਦਾ ਸਾਡਾ ਪਰਮ ਫਰਜ਼ ਬਣਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਹਿਰਦੇ ਵਿੱਚੋਂ ਸਾਰੇ ਭਾਂਤ ਭੁਲੇਖੇ ਦੂਰ ਹੋਣ, ਸਾਨੂੰ ਗੁਰਸਿੱਖੀ ਇਹੋ ਰੀਤਾਂ ਨਾਲ ਤੋੜਨ ਵਾਲੇ ਪ੍ਰਚਾਰ ਤੋਂ ਅਸੀਂ ਬਚ ਸਕੀਏ, ਸੁਚੇਤ ਰਹੀਏ ਔਰ ਸਤਿਗੁਰੂ ਮਹਾਰਾਜ ਦੀ ਦਰਾਈ ਦੀ ਮਰਜ਼ਾਦਾ ਦੇ ਅਨੁਸਾਰ, ਗੁਰੂ ਦੇ ਦਰਸਾਏ ਹੈ ਅਸੂਲਾਂ ਦੇ ਮੁਤਾਬਕ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਦਿਆਂ ਹੋਇਆਂ ਕੌਮ ਦੀ, ਸਮੂਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤਤਪਰ ਹੋ ਸਕੀਏ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਦਾਸ ਸਿਮਾਨਦਾਰ ਦਾ ਸਤਿਕਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।